ਗੁਰਮਖ ਪਿਆਰਿਓ ਗੁਰਬਾਣੀ ਕਥਾ ਚਮਤਕਾਰ ਚੈਨਲ ਸਬਸਕ੍ਰਾਈਬ ਕਰ ਲਿਓ ਸੋ ਵੀਡੀਓ ਨੂੰ ਸ਼ੇਅਰ ਕਰਿਓ ਲਾਈਕ ਤੇ ਕਮੈਂਟ ਵੀ ਕਰਿਓ ਸੰਗਤ ਜੀ ਅੱਜ ਆਪਾਂ ਕੁਝ ਖਾਸ ਬੇਨਤੀਆਂ ਸਾਂਝੀਆਂ ਕਰਨੀਆਂ ਨੇ ਸਤਿਗੁਰੂ ਕਿਰਪਾ ਕਰਨ ਮੇਰਾ ਕਰਨ ਪਿਆਰਿਓ ਸੋ ਜਿਸ ਤਰ੍ਹਾਂ ਕਿ ਸੂਰੀ ਨੂੰ ਸੋਧਾ ਲਾਉਣ ਵਾਲੇ ਸਿੰਘ ਦੀ ਜਾਇਦਾਦ ਬਾਰੇ ਸਵਾਲ ਪੁੱਛੇ ਜਾ ਰਹੇ ਨੇ ਤੇ ਮੈਂ ਬੇਨਤੀ ਕਰਨੀ ਹੈ ਕਿ ਜਿਹੜੇ ਕੁਝ ਦੋਗਲੇ ਲੋਕ ਨੇ ਉਹ ਜ਼ਰੂਰ ਦੂਰ ਰਹਿਣ ਅਤੇ ਮੈਂ ਕੁਝ ਬੇਨਤੀਆਂ ਸਪਸ਼ਟ ਤੇ ਸਾਫ਼ ਜੀਆਂ ਕਰਨੀਆਂ ਚਾਹਨ ਸਾਰੇ ਜਣੇ ਨਾਲ ਜੁੜੇ ਰਹੋ ਫਤਿਹ ਬੁਲਾਓ ਅਰੰਭਤਾ ਕਰੀਏ ਜੀ ਆਖੋ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਪਿਆਰਿਓ ਸੂਰੀ ਦਾ ਸੋਧਾ ਲਾਉਣ ਵਾਲੇ ਸਿੰਘ ਸੰਦੀਪ ਸਿੰਘ ਉਰਫ ਜਿਹੜਾ ਉਹ ਨੌਜਵਾਨ ਹੈ ਦੇ ਉਸ ਨੌਜਵਾਨ ਦੀ ਜਾਇਦਾਦ ਬਾਰੇ ਕੁਝ ਸਵਾਲ ਲਗਾਤਾਰ ਪੁੱਛੇ ਜਾ ਰਹੇ ਨੇ ਕੁਝ ਲੋਕ ਲਗਾਤਾਰ ਸਵਾਲ ਕਰ ਰਹੇ ਨੇ ਕਿ ਜੇ ਉਸ ਕੋਲ ਇੰਨੀ ਜਾਇਦਾਦ ਹੈ ਜੀ ਉਹਨੂੰ ਫੇਰ ਕੀ ਹੋ ਗਿਆ ਜੀ ਸਾਡੇ ਕੋਲ ਹੋਵੇ ਅਸੀਂ ਐ ਕਰਦੇਾਂਗੇ ਸਾਡੇ ਕੋਲ ਹੋਵੇ ਇੰਨੀ ਜਾਇਦਾਦ ਅਸੀਂ ਵੀ ਕਰਦੇਾਂਗੇ ਇੱਕ ਮੈਂ ਬੇਨਤੀ ਕਰਨੀ ਚਾਹੁੰਦਾ ਕਿ ਗੱਲ ਇਥੇ ਜਾਇਦਾਦ ਦੀ ਨਹੀਂ ਹੈ ਗੱਲ ਇਥੇ ਪੈਸੇ ਦੀ ਨਹੀਂ ਹੈ ਗੱਲ ਸਿਰਫ ਇਥੇ ਇੰਨੀ ਕੁ ਹੈ ਕਿ ਗੁਰੂ ਨੇ ਉਸ ਤੋਂ ਸੇਵਾ ਲਈ ਹੈ ਜਿਹੜਾ ਗੁਰੂ ਘਰ ਦਾ ਨਿੰਦਕ ਸੀ ਗੁਰੂ ਦੇ ਪੰਥ ਦਾ ਨਿੰਦਕ ਸੀ ਉਸ ਨੂੰ ਸੋਦਾ ਲਾ ਦਿੱਤਾ ਗਿਆ ਤੇ ਗੁਰੂ ਨੇ ਇਹ ਆਪ ਸੇਵਾ ਲਈ ਹੈ ਤੇ ਯਾਦ ਰੱਖਿਓ ਇਹਦੇ ਵਿੱਚ ਪੈਸੇ ਦਾ ਤੋਲ ਮੋਲ ਨਹੀਂ ਹੈ ਜੇ ਆਪਾਂ ਗੱਲ ਕਰੀਏ ਵੀ ਪੈਸੇ ਦਾ ਤੋਲ ਮੋਲ ਹੈ ਪੈਸੇ ਦੇ ਤੋਲ ਮੋਲ ਦੀ ਗੱਲ ਨਹੀਂ ਗੱਲ ਸਿਰਫ ਇੰਨੀ ਕੁ ਹੈ ਕਿ ਉਸ ਬੰਦੇ ਨੇ ਜੋ ਕੀਤਾ ਉਹ ਵਾਕਈ ਕਾਬਲੇ ਤਾਰੀਫ ਹੈ ਤੇ ਅਸੀਂ ਲੋਕ ਜੋ ਕਰ ਰਹੇ ਹਾਂ ਉਹ ਵਾਕਈ ਨਿੰਦਣਯੋਗ ਵਿਸ਼ਾਏ ਮੈਨੂੰ ਹੈਰਾਨਗੀ ਹੁੰਦੀ ਹੈ ਕਿ ਦੂਜੇ ਤਾਂ ਸਵਾਲ ਕਰਨ ਕਰਨ ਪਰ ਸਾਡੇ ਆਪਣੇ ਭਾਈਚਾਰੇ ਦੇ ਲੋਕ ਸਾਡੇ ਆਪਣੇ ਪੰਥ ਦੇ ਨੁਮਾਇंदे ਸਾਡੇ ਆਪਣੇ ਪੰਥ ਦੇ ਲੋਕ ਕੁਝ ਇਹ ਸਵਾਲ ਕਰ ਰਹੇ ਨੇ ਬੜੀ ਹੈਰਾਨਗੀ ਹੈ ਪਿਆਰਿਓ ਕਿ ਅਸੀਂ ਆਪ ਹੀ ਆਪਣਿਆਂ ਤੇ ਸਵਾਲ ਚੁੱਕ ਰਹੇ ਆ ਅਸੀਂ ਆਪ ਹੀ ਆਪਣਿਆਂ ਦੀ ਜਿਹੜੀ ਹੈ ਕੁਰਕੀ ਕਰਨ ਦੇ ਵਿੱਚ ਲੱਗੇ ਹੋਏ ਆ ਬਹੁਤ ਚਿੰਤਾ ਦਾ ਵਿਸ਼ਾਇਆ ਬਹੁਤ ਵੱਡੀ ਗੱਲ ਆ ਗੁਰਮਖੋ ਇਹ ਨਹੀਂ ਹੋਣਾ ਚਾਹੀਦਾ ਜੇਕਰ ਅਸੀਂ ਇਦਾਂ ਕਰਾਂਗੇ ਤੇ ਯਾਦ ਰੱਖਿਓ ਉਹ ਦਿਨ ਦੂਰ ਨਹੀਂ ਜਦੋਂ ਦੂਸਰੇ ਆ ਕੇ ਸਾਡੇ ਤੇ ਹਮਲਾ ਕਰਨਗੇ ਤੇ ਅਸੀਂ ਲੁਕ ਕੇ ਡਰ ਕੇ ਘਰਾਂ ਦੇ ਵਿੱਚ ਵੜ ਜਾਇਆ ਕਰਾਂਗੇ ਇੱਕ ਦੂਜੇ ਦਾ ਸਾਥ ਦੇਣ ਦੀ بجائے ਇੱਕ ਦੂਜੇ ਦੀ ਅਸੀਂ ਮੁਖਬਰੀ ਕਰਾਂਗੇ ਇੱਕ ਦੂਜੇ ਦੇ ਨਾਲ ਅਸੀਂ ਜੁੜ ਕੇ ਬੈਠਾਂਗੇ ਉਹ ਗੱਲ ਦੂਰ ਇੱਕ ਦੂਜੇ ਦੇ ਅਸੀਂ ਖੁਦ ਹਮਲਾ ਕਰਵਾਵਾਂਗੇ ਇਹ ਗੱਲ ਯਾਦ ਰੱਖਿਓ ਪਿਆਰਿਓ ਮੈਂ ਕਈ ਵਾਰ ਬੇਨਤੀ ਕੀਤੀ ਹੈ ਅੱਡੋ-ਪਾਟ ਨਾ ਹੋਇਆ ਕਰੋ ਅੱਜ ਜੋ ਕੁਝ ਹੋ ਰਿਹਾ ਹੈ ਉਹਦਾ ਸਾਹਮਣਾ ਕਰੋ ਸਮਰਥਨ ਕਰੋ ਕਿ ਭਾਈ ਸਾਡੇ ਨੇ ਜੋ ਕੀਤਾ ਅਸੀਂ ਉਹਦੇ ਨਾਲ ਤੇ ਜੋ ਤੁਸੀਂ ਲੋਕ ਕਰ ਰਹੇ ਹੋ ਅਸੀਂ ਉਹਦੀ ਵਿਰੋਧਤਾ ਕਰਾਂਗੇ ਅਸੀਂ ਨਾਜਾਇਜ਼ ਨਹੀਂ ਹੋਣ ਦੇਾਂਗੇ ਜਾਇਜ਼ ਕਰੋ ਪਰ ਨਾਜਾਇਜ਼ ਨਹੀਂ ਅਸੀਂ ਕਿਸੇ ਨਾਲ ਹੋਣ ਦੇਣੀ ਭਾਵੇਂ ਕੋਈ ਸਾਡੇ ਤੇ ਚਾਹੇ ਕੋਈ ਬਗਾਨਾ ਚਾਹੇ ਕੋਈ ਹਿੰਦੂ ਵੀਰ ਹੈ ਤੇ ਚਾਹੇ ਕੋਈ ਮੁਸਲਮਾਨ ਵੀਰ ਹੈ ਚਾਹੇ ਸਿੱਖ ਵੀਰ ਹੈ ਜਾਂ ਕੋਈ ਹੋਰ ਹੈ ਅਸੀਂ ਕਿਸੇ ਨਾਲ ਨਾਜਾਇਜ਼ ਨਹੀਂ ਹੋਣ ਦੇਾਂਗੇ ਗੁਰਮਖੋ ਮੈਂ ਕਈ ਵਾਰੀ ਬੇਨਤੀਆਂ ਕੀਤੀਆਂ ਨੇ ਸਾਡੇ ਗੁਰੂਆਂ ਨੇ ਸੀਸ ਲਵਾ ਦਿੱਤੇ ਦੂਜਿਆਂ ਦੇ ਲਈ ਅਸੀਂ ਆਪਣੇਆਂ ਦੇ ਲਈ ਛੋਟੀ ਜੀ ਕੁਰਬਾਨੀ ਨਹੀਂ ਦੇ ਸਕਦੇ ਅਸੀਂ ਹਾਂ ਦਾ ਨਾਰਾ ਨਹੀਂ ਮਾਰ ਸਕਦੇ ਪਰ ਸਾਡੇ ਲੋਕ ਕਿੱਥੇ ਕੋ ਬੈਠੇ ਹੋਏ ਨੇ ਸਾਡੇ ਲੋਕ ਚੁੱਪ ਕਰਕੇ ਬੈਠੇ ਹੋਏ ਨੇ ਸਾਡੇ ਲੋਕ ਤੇ ਜ਼ਰੂਰ ਕੁਝ ਖਾਸ ਚੀਜ਼ ਜਿਹੜੀ ਹੈ ਉਹ ਕਰਦੇ ਪਏ ਨੇ ਤੋਂ ਮੈਂ ਬੇਨਤੀ ਕਰੂੰਗਾ ਸੰਦੀਪ ਸਣੀ ਨੇ ਜੋ ਕੀਤਾ ਉਹ ਵਾਕਈ ਕਾਬਲੇ ਤਾਰੀਫ ਹੈ ਪਰ ਜੋ ਸਾਡੇ ਲੋਕ ਕਰ ਰਹੇ ਨੇ ਉਹ ਗੱਲ ਚੰਗੀ ਨਹੀਂ ਉਹ ਅੱਛੀ ਨਹੀਂ ਹੈ ਸਾਡੇ ਲੋਕ ਕਾਫੀ ਗੱਲਾਂ ਨੇ ਜੋ ਮੈਂ ਇੱਥੇ ਬੋਲ ਸਕਦਾ ਪਰ ਮੈਂ ਬੋਲਦਾ ਨਹੀਂ ਐ ਮੈਂ ਇੱਥੇ ਵਿਚਾਰ ਨਹੀਂ ਕਰ ਸਕਦਾ ਗੁਰਮਖੋ ਅਮਰਤਪਾਲ ਸਿੰਘ ਦੀ ਕੋਈ ਵਿਰੋਧਤਾ ਕਰਨ ਜੁੱਤਰਿਆ ਹੋਇਆ ਆ ਸਿਪ ਸੈਨਾ ਵਾਲੇ ਮੈਨੂੰ ਕੱਲ ਕਿਸੇ ਵੀਰ ਨੇ ਦੱਸਿਆ ਕਹਿੰਦੇ ਜੀ ਅੰਮ੍ਰਿਤਸਰ ਜਾ ਕੇ ਜੀ ਡੀਸੀਪੀ ਨੂੰ ਜਾ ਕੇ ਇਹ ਮੰਗ ਪੱਤਰ ਦੇ ਕੇ ਆਏ ਨੇ ਵੀ ਅਮਰਿਤਪਾਲ ਸਿੰਘ ਦਰਬਾਰ ਸਾਹਿਬ ਆਵੇ ਪਰ ਉਥੇ ਹਥਿਆਰ ਨਾ ਲੈ ਕੇ ਆਵੇ ਨੌਜਵਾਨਾਂ ਨੂੰ ਨਾਲ ਨਾ ਲੈ ਕੇ ਆਵੇ ਉਥੇ ਹਥਿਆਰ ਲਿਆ ਕੇ ਜੀ ਮਾਹੌਲ ਭੜਕਦਾ ਮੈਂ ਬੇਨਤੀ ਕਰੂੰਗਾ ਜਾ ਕੇ ਫਿਰ ਬਾਰਡਰਾਂ ਤੇ ਵੇਖੋ ਕਿੱਡੇ-ਕੱਡੇ ਹਥਿਆਰ ਨੇ ਤੋਪਾਂ ਬੀੜੀਆਂ ਪਈਆਂ ਬੀੜੀਆਂ ਪਈਆਂ ਨੇ ਤੇ ਜਾ ਕੇ ਵੇਖੋ ਕਿ ਉਹ ਹਥਿਆਰਬੰਦ ਲੋਕ ਜਿਹੜੇ ਨੇ ਕਿਹੜੇ ਨੇ ਤੇ ਜਿਹੜੀਆਂ ਤੋਪਾਂ ਵੀੜੀਆਂ ਪਈਆਂ ਨੇ ਤੇ ਜਾ ਕੇ ਉਹ ਉਹਨਾਂ ਨੂੰ ਫਿਰ ਉੱਥੇ ਬਾਰਡਰ ਤੋਂ ਹਟਾਓ ਜਾਕੀ ਉਹ ਕਾਹਤੋਂ ਵਿਚਾਰੀਆਂ ਰੱਖਿਆ ਹੋ ਜਾਂਦੇ ਨੇ ਉੱਥੇ ਜੇ ਸ਼ਾਂਤ ਮਾਹੌਲ ਅਸ਼ਾਂਤ ਹੁੰਦਾ ਜੇ ਅਸ਼ਾਂਤ ਮਾਹੌਲ ਸ਼ਾਂਤ ਹੁੰਦਾ ਨਾ ਤੇ ਹਥਿਆਰਾਂ ਨੂੰ ਉੱਥੋਂ ਚੱਕੋ ਤੇ ਕਾਹਨੂੰ ਉੱਥੇ ਫੌਜੀ ਵੀਰਾਂ ਨੂੰ ਵਿਚਾਰਿਆਂ ਨੂੰ ਉੱਥੇ ਬੀੜ ਕੇ ਖੜਾਇਆ ਤੇ ਉਹਨਾਂ ਨੂੰ ਉੱਥੋਂ ਲਾਂਬੇ ਕਰੋ ਪਾਸੇ ਕਰੋ ਉਹਨਾਂ ਨੂੰ ਕਹੋ ਕਿ ਭਾਈ ਇੱਥੇ ਹਥਿਆਰਾਂ ਦੀ ਲੋੜ ਨਹੀਂ ਪੰਜਾਬ ਦੇ ਲੀਡਰਾਂ ਨੂੰ ਜਦ ਤੁਸੀਂ ਜਿਹੜੀਆਂ ਸਿਕਿਉਰਟੀਆਂ ਲਈਆਂ ਨੇ ਹਥਿਆਰਾਂ ਨਾਲ ਜੇ ਪੰਜਾਬ ਦਾ ਮਾਹੌਲ ਅਸ਼ਾਂਤ ਹੁੰਦਾ ਤੇ ਉਹ ਤੁਸੀਂ ਜਾ ਕੇ ਪਰ ਆਪਣਾ ਸਿਕਿਉਰਿਟੀ ਪਾਸੇ ਕਰੋ ਹਥਿਆਰ ਚੱਕੋ ਨਾ ਚੱਕੋ ਹਥਿਆਰ ਪਾਸੇ ਰਖਾਓ ਹਥਿਆਰ ਤੁਸੀਂ ਤੁਸੀਂ ਮੰਦਰਾਂ ਦੇ ਵਿੱਚ ਹਥਿਆਰ ਲੈ ਕੇ ਜਾਂਦੇ ਹੋ ਮੰਦਰ ਠੀਕ ਹੈ ਸਨਮਾਨਯੋਗ ਹੈ ਧਾਰਮਿਕ ਸਥਾਨ ਹੈ ਤੁਸੀਂ ਕਿਉਂ ਲੈ ਕੇ ਜਾਂਦੇ ਹੋ ਉੱਥੇ ਤੁਹਾਡੇ ਜਿਹੜੇ ਛੋਟੇ-ਮੋਟੇ ਆਗੂ ਨੇ ਸ਼ਹਿਰਾਂ ਦੇ ਵਿੱਚ ਉਹ ਕਿਉਂ ਹਥਿਆਰ ਲੈ ਕੇ ਘੁੰਮਦੇ ਨੇ ਇਸ ਗੱਲ ਦਾ ਜਵਾਬ ਦਿਓ ਜੀ ਜਿਹੜੇ ਸੱਚੇ ਹਿੰਦੂ ਨੇ ਉਹ ਨਹੀਂ ਇੰਨਾਂ ਗੱਲਾਂ 'ਚ ਪੈਂਦੇ ਇਹ ਸ਼ਿਵ ਸੈਨਾ ਵਾਲੇ ਨੇ ਮਾਹੌਲ ਖਰਾਬ ਕਰਨ ਦੇ ਵਿੱਚ ਲੱਗੇ ਹੋਏ ਨੇ ਫਲਾਣਾ ਹੋ ਗਿਆ ਜੀ ਟਿਕੜਾ ਹੋ ਗਿਆ ਹੋਰ ਕੋਈ ਮੁੱਦਾ ਜਦੋਂ ਲੱਭਦਾ ਨਹੀਂ ਫਿਰ ਇੱਧਰ ਹੋ ਜਾਂਦੇ ਨੇ ਪਤੰਦਰ ਫਿਰ ਹੋਰ ਹੀ ਪਾਸੇ ਆਪਣਾ ਜੱਕਾ ਚਲਾਈ ਜਾਂਦੇ ਆ ਫਲਾਣਾ ਜੀ ਟਿਕੜਾ ਜੀ ਗੱਲਾਂ ਬਾਤਾਂ ਕੁਝ ਹੋਰ ਨੇ ਗੱਲਾਂ ਬਾਤਾਂ ਇਹ ਨਹੀਂ ਨੇ ਗੁਰਮਖੋ ਗੱਲ ਤੇ ਇਹ ਹੈ ਕਿ ਅਮਰਿਤਪਾਲ ਸਿੰਘ ਵਰਗੇ ਕਿਉਂ ਇੱਥੇ ਨੇ ਅਮਰਿਤਪਾਲ ਸਿੰਘ ਕਿਉਂ ਸਿੱਖੀ ਦਾ ਪ੍ਰਚਾਰ ਕਰ ਰਿਹਾ ਕਿਉਂ ਅਮਰਿਤ ਸ਼ਿਕਾਰਿਆ ਨੌਜਵਾਨਾਂ ਨੂੰ ਇਹ ਸਿੱਖ ਇਸੇ ਤਰ੍ਹਾਂ ਮਰਦੇ ਰਹਿਣੇ ਚਾਹੀਜੇ ਨੇ ਇਹ ਸਿੱਖ ਜਿਹੜੇ ਨੇ ਬਿਲਕੁਲ ਵੀ ਪਰਫੁੱਲਤ ਨਹੀਂ ਹੋਣੇ ਚਾਹੀਜੇ ਇਹ ਸਿੱਖ ਜਿਹੜੇ ਨੇ ਆਪਣਾ ਆਗੂ ਚੁਣ ਕੇ ਇੱਕ ਪਾਸੇ ਨਾ ਚੱਲ ਪੈਣ ਵੱਖਰੇ ਰਾਜ ਦੀ ਮੰਗ ਨਾ ਕਰਨ ਇਹ ਲੋਕ ਦਰਬਾਰ ਸਾਹਿਬ ਨਾ ਆਉਣ ਇਹ ਲੋਕ ਇਦਾਂ ਨਾ ਕਰਨ ਗੱਲ ਤੇ ਇਹ ਹੈ ਵੀ ਸਿੱਖੀ ਦਾ ਪ੍ਰਚਾਰ ਨਾ ਹੋਵੇ ਇਹ ਲੋਕ ਸਿੱਧੇ ਨਹੀਂ ਕਹਿ ਸਕਦੇ ਵਿੱਚੋਂ ਜਿਹੜੀ ਤਕਲੀਫ ਹੈ ਉਹ ਤਾਂ ਇਹ ਜੁੜੀ ਹੋਈ ਹੈ ਤਖਲੀਪ ਦਾ ਵਿੱਚੋਂ ਇਹ ਹੈ ਹੋਰ ਨਹੀਂ ਕੋਈ ਗੱਲਬਾਤ ਰੰਜਿਸ਼ ਸਿਰਫ ਇੰਨੀ ਕੁ ਹੈ ਪਿਆਰਿਓ ਹੋਰ ਕੋਈ ਗੱਲਬਾਤ ਨਹੀਂ ਹੈ ਮੈਂ ਕਈ ਵਾਰ ਅਰਜ਼ ਕੀਤੀ ਹੈ ਪਿਆਰਿਓ ਸਾਨੂੰ ਸਮਝ ਲੈਣਾ ਚਾਹੀਦਾ ਹੈ ਜਦੋਂ ਸਿੱਖੀ ਦਾ ਵਿਰੋਧ ਹੋਣ ਲੱਗ ਜਾਏ ਫਿਰ ਸਮਝ ਲਓ ਵੀ ਸਿੱਖੀ ਜਿਹੜੀ ਹੈ ਵਾਧੇ ਵੱਲ ਜਾ ਰਹੀ ਹੈ ਜਦੋਂ ਸਿੱਖੀ ਦਾ ਵਿਰੋਧ ਨਾ ਨਾ ਹੋਵੇ ਸਾਡੇ ਤੇ ਹਮਲੇ ਹੋਣ ਫਿਰ ਯਾਦ ਰੱਖਿਓ ਵੀ ਸਿੱਖੀ ਨਿਹਾਰ ਵੱਲ ਜਾ ਰਹੀ ਹੈ ਤੇ ਅੱਜ ਸਾਡੇ ਨੌਜਵਾਨ ਜਿਹੜੇ ਨਸ਼ਿਆਂ ਨੂੰ ਛੱਡ ਕੇ ਸਿੱਖੀ ਵੱਲ ਆ ਰਹੇ ਨੇ ਅਸੀਂ ਵੈਲਕਮ ਕਰੀਏ ਜੀ ਆਇਆਂ ਆਖੀ ਉਹਨਾਂ ਨੂੰ ਤੇ ਆਪਣੇ ਗਲ ਨਾਲ ਲਾਈਏ ਤੇ ਗੁਰਮਖੋ ਅੱਗੇ ਵਾਸਤੇ ਹੋਰ ਨੌਜਵਾਨਾਂ ਨੂੰ ਵੀ ਗਿਆਨ ਹੋਵੇ ਅਜਿਹਾ ਪ੍ਰਚਾਰ ਕਰੀਏ ਅਜਿਹੀਆਂ ਗੱਲਾਂ ਬਾਤਾਂ ਕਰੀਏ ਪਿਆਰਿਓ ਸਾਨੂੰ ਸਮਝਣਾ ਚਾਹੀਦਾ ਸਾਨੂੰ ਵਿਚਾਰਨਾ ਚਾਹੀਦਾ ਜਿਹੜੇ ਲੋਕ ਸੂਰੀ ਦੇ ਸੋਧਾ ਲਾਉਣ ਵਾਲੇ ਸਿੰਘ ਦੀ ਵਿਰੋਧਤਾ ਕਰ ਰਹੇ ਨੇ ਉਹ ਲੋਕ ਸਿੱਖ ਨਹੀਂ ਹੋ ਸਕਦੇ ਉਹ ਲੋਕ ਸਾਡੇ ਨਹੀਂ ਹੋ ਸਕਦੇ ਇਹ ਗੱਲ ਯਾਦ ਰੱਖਿਓ ਉਹ ਲੋਕ ਸੇਵ ਸੈਨਾ ਦੇ ਨਾਲ ਹੀ ਨੇ ਉਹ ਲੋਕ ਉਹ ਲੋਕ ਨੇ ਜਿਹੜੇ ਲੋਕ ਸ੍ਰੀ ਗੁਰੂ ਗੋਬਿੰਦ ਸਿੰਘ ਮਹਾਰਾਜ ਵਰਗਿਆਂ ਦੀ ਵੀ ਜਿਹੜੇ ਲੋਕ ਮੁਖਬਰੀ ਕਰਦੇ ਰਹੇ ਨੇ ਉਹ ਉਹਨਾਂ ਲੋਕਾਂ ਦੇ ਵਿੱਚ ਹੋ ਸਕਦੇ ਨੇ ਸਾਡੇ ਨਹੀਂ ਹੋ ਸਕਦੇ ਗੁਰਮਖੋ ਉਹ ਲੋਕ ਸਾਡੇ ਨਹੀਂ ਹੋ ਸਕਦੇ ਮੈਂ ਕਈ ਵਾਰੀ ਬੇਨਤੀ ਕੀਤੀ ਕਿ ਪਿਆਰਿਓ ਸੁਚੇਤ ਰਹੋ ਸਿੱਖ ਕੌਮ ਕਦੇ ਨਾ ਹਾਰੇ ਜੇ ਸਿੱਖ ਨੂੰ ਸਿੱਖ ਨਾ ਮਾਰੇ ਸਾਨੂੰ ਤਾਂ ਸਾਡੇ ਆਪਣੇ ਮਾਰ ਰਹੇ ਨੇ ਬਗਾਨਿਆਂ ਤੋਂ ਖਤਰਾ ਨਹੀਂ ਸਾਡੇ ਤੇ ਆਪਣੇ ਵਿੱਚ ਵੜ ਕੇ ਸਾਡੀਆਂ ਪਿੱਠਾਂ ਦੇ ਵਿੱਚ ਸ਼ੁਰੇ ਘੋਪ ਰਹੇ ਨੇ ਸੋ ਚਲੋ ਮਹਾਰਾਜ ਚੜ੍ਹਦੀ ਕਲਾ ਕਰਨ ਕੋਈ ਕੁਝ ਨਹੀਂ ਕਿਸੇ ਦਾ ਵਿਗਾੜ ਸਕਦਾ ਜੇ ਸਤਿਗੁਰੂ ਦੀ ਨਦਰ ਸਵੱਲੀ ਹੋਵੇ ਪਿਆਰਿਓ ਇਸ ਕਰਕੇ ਬੇਨਤੀਆਂ ਪ੍ਰਵਾਨ ਕਰਿਓ ਜੀ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ